ਹੈ ਜੀ ਸਾਡੇ ਪਿੰਡਾਂ ਦੇ ਵਿਆਹ ਤੇ ਲਾਈਟ ਚੱਲ ਗਈ ਤੇ ਅਸੀਂ ਸਾਰੇ ਜਣੇ ਫਿਰ ਰੇੜੇ 'ਚ ਰੋਟੀ ਖਾਈ ਜਾਂਦੇ ਰਾਤੀ ਅਸੀਂ ਨੇਰੇ 'ਚ ਪਰੌਂਠੇ ਖਾਦੇ ਤੇ ਹੁਣ ਅਸੀਂ ਨੇਰੇ 'ਚ ਰੋਟੀਆਂ ਖਾਈ ਜਾਂਦੇ ਇਹ ਸਾਡੇ ਪਿੰਡਾਂ ਦੇ ਵਿਆਹ ਨੇ ਕੋਈ ਕਿੱਧਰੇ ਤੁਰਿਆ ਫਿਰਦਾ मामे ने रोटी फड़ा चली डीजे तो लग गए पर लाइट नहीं है So sad. जे बाय चांस लाइट ना आई तो फिर साडा बिना डीजे तो ही विआह रहूगा प्लीज विश करो कि लाइट आ जाए साढ़े छोटे घर के ब्याह हाँ जी तो उस तो बाद असी जागो लई तैयार होने लग गए तो यह है जी मेरी जागो की फाइनल लुक थानू किदां लगी मेरी फाइनल लुक मैं सोहनी लगती पई हाँ काफ़ी टाइम बाद मैं इन्ना तैयार हुई सी मैनू तो वैसे बहुत वधिया वधिया लग रही सी मैं सारे ने मैनू वधिया ही कहा हम भरन लगे जी कडोली मूहों निकलेगी बोली असी कडोली तुसी लाए तुसी लिया ढोल डंडा भी देता है फिर डीजे ते चलिया एक सोंग ते सारे जने कडोली नूं लैके चलन लग गए पानी भरन वास्ते चले सीगे कडोली भरन वास्ते ते इस करके मैं म्यूट करता पी क्योंकि सोंग दी वजह नाल कॉपीराइट होना ਕਿ ਬੋਲਿਆ ਜਾਏ ਨਹੀਂ ਨਹੀਂ ਫੋਨ ਹੀ ਪਈ ਹੋਣੀ ਚਾਹੀਦੀ ਹੈ ਉਹ ਲੱਖਣ
Yeah.
ਕੜੋਲੀ 'ਚ ਪਾਣੀ ਭਰ ਲਿੱਤਾ ਏ। ਇਹ ਪਾਣੀ ਨਾਲ ਸਵੇਰੇ ਬ੍ਰਾਈਡਲ ਮਤਲਬ ਕੁੜੀ ਨੂੰ ਨਵਾਉਂਦੇ ਨੇ ਅਤੇ ਉਹ ਇਹੋ ਹੀ ਇਸ ਕੜੋਲੀ ਦਾ ਇਤਿਹਾਸ ਆ ਕਿ ਉਹ ਪਾਣੀ ਨੂੰ ਮਤਲਬ ਸਟੋਰ ਕਰਕੇ ਰੱਖਦੇ ਆ ਇੱਕ ਰਾਤ ਪਹਿਲਾਂ। ਪਹਿਲਾਂ ਮਤਲਬ ਪੁਰਾਣੇ ਟਾਈਮ 'ਚ ਇੱਦਾਂ ਹੁੰਦਾ ਸੀ ਕਿ ਪਾਣੀ ਖੂਹਾਂ ਤੋਂ ਲਿਆਉਂਦੇ ਸੀ, ਤਾਂ ਉਸ ਮਤਲਬ ਉਸ ਇਤਿਹਾਸ ਨੂੰ ਅੱਜ ਵੀ ਲੋਕ ਦੁਹਰਾ ਰਹੇ ਆ। ਅੱਜ ਵੀ ਸਾਡੇ ਨਾਲ ਜੁੜਿਆ ਹੋਇਆ ਉਹ ਇਤਿਹਾਸ ਸਾਡਾ, ਹੈ ਨਾ, ਉਹਨੂੰ ਅਸੀਂ ਅੱਜ ਵੀ ਮੇਨਟੇਨ ਰੱਖਿਆ ਆ। ਅਤੇ ਹੁਣ ਮਤਲਬ ਕਿਸੇ ਦੇ ਘਰੋਂ ਭਰ ਲਿਆਉਂਦੇ ਆ ਪਾਣੀ, ਪਹਿਲਾਂ ਖੂਹ ਤੋਂ ਭਰ ਕੇ ਲਿਆਉਂਦੇ ਸੀ, ਉਹਨੂੰ ਨਾਈਟ ਤੱਕ ਸਟੋਰ ਕਰਕੇ ਰੱਖਦੇ ਸੀ ਤਾਂ ਕਿ ਸੁਬਹਾ ਜਲਦੀ ਉਹਨੂੰ ਤਿਆਰ ਕਰਕੇ ਨਵਾ ਕੇ ਕੁੜੀ ਨੂੰ ਭੇਜ ਦਿੱਤਾ ਜਾਏ। ਹੋਰ ਪਾਲੇ।